मजदूर यूनियन जिंदाबाद, भाई मजदूर यूनियन जिंदाबाद, भाई मजदूर यूनियन जिंदाबाद, भाई मजदूर यूनियन जिंदाबाद, जय सरकार जिंदाबाद, जय सरकार जिंदाबाद, हाय 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 हाय, क्या रही हो हाय हाय हो मारो एक तो नारे प्रवीण होने पंजाब सरकार जिंदाबाद, हाँ जी भाई, सत श्री अकाल जी सारे प्रेस भरावां दा बहुत धन्नवाद जिहड़ा साडा दुख सुन आए ने। सर आपां नगर कौंसल डेरा बाबा नानक दे मुलाजम डेरा बाबा नानक दे इत्थे अपने ड्यूटी कर रहे हैं सफाई कर्मचारी जी, 5 महीने हो गए सर इन्हां दी कोई तनखाह नहीं मिल रही, कोई इन्हां नूं मतलब भी ना कल दे बैठे ना कोई पुछणा है भी क्यों बैठे जे की गल तुहाडा मसला की आ, ना कोई 5 महीने तो कोई करियाने दा सौदा जिद्दां कि इहने लैणा जे अपने कोई नहीं, ना कोई दुध वाले दे पैसे दे सकदे आ, ठीक जे कणक लैनी ही जे वह भी टाइम लंघ जाना तो तनखावं तो फिर इन्हों मिली 5 महीने ही उस हिसाब से साढ़े को 10 तरीक ताकि मीटिंग हुई ही इन्होंने, उन्होंने साढ़े को 10 दिन का टाइम मंगया ही भी ता 10 दिन के बीच कोई ना कोई मसला हल करा, 10 की बजाय आप इन्हों 20 दिन का टाइम किया, 20 दिन के बच्चे भी नहीं साढ़े कोई भी इतने मतलब भी पहुँचा ना कि सूँ दसिया आ गया भी की किया की नहीं, कोई मसला नहीं साडा हल होया जी, जे सूँ मतलब तनखा ही ना मिलेगी तो आप बच्चों का कितों पढ़ाई का कितना करा, घर का गुजारे कि चलन गए, बड़ी मुश्किल हो जी बहुत ज़्यादा मुश्किल आई सामना गल हुई उन्होंने कहा भी साढ़े को वैट आता 1,00,000 रुपया तनखा ताकि बनती है 7-8,00,000 रुपया, तो मैं जो वैट आएगा तो मैं दाँगा, जो वैट ही आएगा तो जो की पता वैट अज आ कल आदों आधा साढ़े ना तो इस मसले तो कोई गल ही नहीं हुई, जो मतलब भी 4-5 महीने होर ना गए तो गरीब कितने जाएंगे दसो ਕਿੱਦਾਂ ਘਰਾਂ ਦੇ ਗੁਜ਼ਾਰੇ ਕਰਨਗੇ ਆਪਣੇ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਕੀ ਸਰਕਾਰ ਤੋਂ ਸਾਡੀ ਇਹੋ ਹੀ ਮੰਗ ਆ, ਸਾਡੀਆਂ ਤਨਖਾਹਾਂ ਦਿੱਤੀਆਂ ਜਾਣ, ਸਾਨੂੰ ਕੋਈ ਸ਼ੌਕ ਨਹੀਂ ਜੇ ਇੱਥੇ ਮਤਲਬ ਵੀ ਕੰਮ ਬੰਦ ਕਰਕੇ ਬਹਿਣ ਦਾ, ਜੇ ਕੰਮ ਕਰਾਂਗੇ ਤਾਂ ਰੋਟੀ ਖਾਵਾਂਗੇ, ਜਦੋਂ ਸਾਨੂੰ ਮਤਲਬ ਵੀ ਤਨਖਾਹਾਂ ਹੀ ਨਹੀਂ ਇਹਨਾਂ ਦੇਣੀਆਂ ਤਾਂ ਕਿੱਦਾਂ ਕੰਮ ਚੱਲੇਗਾ ਜੀ। ਹਾਂਜੀ, ਜਿਹੜੀ ਹੜਤਾਲ ਤੁਹਾਡੀ ਚੱਲ ਰਹੀ ਉਸ ਵੇਲੇ ਦੀ? ਇਹ ਹੜਤਾਲ ਇਸ ਤਰ੍ਹਾਂ ਹੈ ਜੀ ਕਿ ਸਾਡੇ ਜਿਹੜੇ ਸੀਵਰੇਜ ਬੋਰਡ ਦੇ ਕਰਮਚਾਰੀ ਆ ਉਹਨਾਂ ਸਾਡੇ ਪ੍ਰੇਮਨਾਥ ਦੀਆਂ ਸਫਾਈ ਕਰਮਚਾਰੀ ਅਤੇ ਜਿਹੜਾ ਸਮੂਹ ਕਲੈਰੀਕਲ ਜੋਬ ਵਾਲੇ ਨੇ ਇਹਨਾਂ ਨੂੰ 6-6 ਮਹੀਨੇ ਤਨਖਾਹਾਂ ਨਹੀਂ ਮਿਲੀਆਂ ਅਤੇ ਸਾਡਾ ਗੁਜ਼ਾਰਾ ਕਿੱਥੋਂ ਹੋਏਗਾ? ਕਰਿਆਨੇ ਵਾਲਾ ਜਿਹੜੇ ਕਰਿਆਨੇ ਦਾ ਸਮਾਨ ਨਹੀਂ ਦੇਣ ਡਿਆ, ਦੁੱਧ ਵਾਲੇ ਪੈਸੇ ਨਹੀਂ ਮਿਲਣ ਡੇ, ਅਤੇ ਅਸੀਂ ਕਿੱਥੇ ਜਾਵਾਂਗੇ? ਸਾਨੂੰ ਭਰੋਸਾ ਦਿੱਤਾ ਗਿਆ ਸੀ ਤੁਸੀਂ 10 ਦਿਨ ਦਿਓ ਸਾਨੂੰ ਤੁਹਾਡਾ ਅਸੀਂ ਕੋਈ ਨਾ ਕੋਈ ਹੱਲ ਕਰ ਦਿਆਂਗੇ, ਪਰ ਅੱਜ ਸਾਡੇ ਪ੍ਰੇਮਨਾਥ ਜੀ ਨੇ ਪੁੱਛ ਲਓ 22 ਦਿਨ ਹੋ ਗਏ ਨੇ ਸਾਡਾ ਕੋਈ ਸਿਆਰ ਨਹੀਂ ਲੈਣਾ ਆ, ਅਤੇ ਅਸੀਂ ਲੋਕਲ ਬਾਡੀ ਮੰਤਰੀ ਪੰਜਾਬ 'ਚ ਜਿਹੜੇ ਡਾਕਟਰ ਰਾਜਵੀਰ ਨਿੱਜਰ ਜੀ ਨੂੰ ਬੇਨਤੀ ਹੈ ਕਿ ਸਾਨੂੰ ਮਹੀਨੇ ਦੇ ਮਹੀਨੇ ਤਨਖਾਹਾਂ ਦਿਆ ਕਰਨ ਤਾਂ ਜੋ ਸਾਡਾ ਗੁਜ਼ਾਰਾ ਹੋ ਸਕੇ। ਘੱਟੋ ਘੱਟ 10,00,000 ਰੁਪਇਆ ਵੈਟ ਮੈਨੂੰ ਮਹੀਨੇ ਦਾ ਚਾਹੀਦਾ ਹੈ, ਜਿਸ ਨਾਲ ਸਾਰਾ ਜੋ ਤਨਖਾਹਾਂ ਦਾ ਮਸਲਾ ਹੱਲ ਹੋਏਗਾ। ਇਸ ਤੋਂ ਬਗੈਰ ਕੋਈ ਹੱਲ ਨਹੀਂ, ਸਾਡੀਆਂ ਸਾਰੀਆਂ ਤਨਖਾਹਾਂ ਦੇਣ ਅਤੇ ਸਾਰੇ ਜਿੰਨੇ ਵੀ ਨੇ ਕਲੈਰੀਕਲ ਜੋਬ ਸਫਾਈ ਕਰਮਚਾਰੀ ਅਤੇ ਸੀਵਰੇਜ ਬੋਰਡ ਵਾਲੇ ਸਾਰੇ ਕੰਮ ਕਰਨ ਨੂੰ ਤਿਆਰ ਹਾਂ, ਪਰ ਸਾਡੀ ਅੱਜ ਤੱਕ ਸਾਰ ਨਹੀਂ ਲਈ। ਡਾਕਟਰ ਨਿੱਜਾ ਜੀ ਨੂੰ ਮੇਰੀ ਬੇਨਤੀ ਹੈ ਜੋ ਲੋਕਲ ਬਾਡੀ ਮੰਤਰੀ ਹਨ ਪੰਜਾਬ ਦੇ ਕਿ ਸਾਡਾ ਕੋਈ ਨਾ ਕੋਈ ਤਨਖਾਹਾਂ ਦਾ ਮਸਲਾ ਹੱਲ ਕਰੋ, ਅਸੀਂ ਤਾਂ ਜਿਹੜੀ ਨੌਕਰੀ ਆ ਬੜੀ ਦਿੱਕਤ ਨਾਲ ਕਰ ਰਹੇ ਹਾਂ, ਸਾਡੀ ਹੱਥ ਜੋੜ ਕੇ ਬੇਨਤੀ ਹੈ, ਜਦੋਂ ਵੀ ਤਨਖਾਹ ਲੈਣੀ ਪੈਂਦੀ ਹੈ ਸਾਨੂੰ ਬੜੇ ਹੀ ਦਿੱਕਤ ਨਾਲ ਇੱਥੇ ਦਰੀਆਂ ਵਿਛਾਉਣੀਆਂ ਪੈਂਦੀਆਂ, ਕਿਰਪਾ ਕਰਕੇ ਸਾਨੂੰ ਤਨਖਾਹ ਦਵਾਓ 6-6 ਮਹੀਨਿਆਂ ਦੀ, 2-2 ਮਹੀਨੇ 4-4 ਮਹੀਨੇ ਜਿੰਨੀ ਵੀ ਹੈ, ਅਤੇ ਤੁਹਾਡੀ ਤੁਹਾਡੀ ਕਿਰਪਾ ਹੋਵੇਗੀ। ਬੀਤੇ ਦਿਨ ਤੋਂ ਤੁਸੀਂ ਧਰਨੇ 'ਤੇ ਬੈਠੇ ਹੋ, ਕੋਈ ਅਧਿਕਾਰੀ ਤੁਹਾਨੂੰ ਆਸ਼ਵਾਸਨ ਦੇਣ ਆਇਆ? ਨਾ ਜੀ, ਨਾ ਕੋਈ ਵੀ ਨਹੀਂ ਆਇਆ। ਅਸੀਂ ਫਿਰ ਇੱਕ ਵਾਰੀ ਕਹਿ ਰਹੇ ਹਾਂ ਵੀ ਲੋਕਲ ਬਾਡੀ ਮੰਤਰੀ ਮਾਣਯੋਗ ਜੋ ਰਾਜਵੀਰ ਨਿੱਜਰ ਜੀ ਹਨ, ਸਾਡੇ ਇਸ ਮਸਲੇ ਦਾ ਹੱਲ ਕਰਨ, ਤਨਖਾਹਾਂ ਦੇ ਨਜ਼ਰ ਵੈਟ ਹੈ ਉਹ ਘੱਟੋ ਘੱਟ 9,00,000 ਰੁਪਏ ਆਏ, ਤਾਂ ਜੋ ਸਾਰੇ ਜਿੰਨੇ ਵੀ ਸਫਾਈ ਕਰਮਚਾਰੀ ਸੀਵਰੇਜ ਬੋਰਡ ਕਲੈਰੀਕਲ ਜੋਬ ਵਾਲੇ ਸਫਾਈ ਕਰਮਚਾਰੀ ਜਿੰਨੇ ਵੀ ਹਨ ਇਹਨਾਂ ਦਾ ਮਸਲਾ ਹੱਲ ਹੋ ਸਕੇ।